ਮੀਟਿੰਗ ਰੱਖੀ ਸੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਤੋਂ ਸੋਰੀ ਮੰਗਦੇ ਹਾਂ, ਗਲਤੀ ਮੰਗਦੇ ਹਾਂ, ਥੋੜ੍ਹਾ ਲੇਟ ਹੋ ਗਿਆ। ਇਲੈਕਸ਼ਨ ਦੇ ਦੌਰ ਵਿੱਚ ਥੋੜ੍ਹਾ ਥੋੜ੍ਹਾ ਲੇਟ ਹੁੰਦੇ ਹੁੰਦੇ ਸਮਾਂ ਜ਼ਿਆਦਾ ਲੱਗ ਜਾਂਦਾ। ਪਿੱਛੇ ਵੀ ਮੀਟਿੰਗਾਂ ਜਿਹੜੀਆਂ ਸੀ ਜਾਂ ਸਾਥੀਆਂ ਨੇ ਰੱਖੀਆਂ ਸੀ, ਬਹੁਤ ਵਧੀਆ ਮੀਟਿੰਗਾਂ ਹੋਈਆਂ। ਇੱਥੇ ਥੋੜ੍ਹਾ ਲੇਟ ਪਹੁੰਚੇ ਹਾਂ, ਅਮਰਿੰਦਰ ਕੁਮਾਰ ਜੀ ਵੀ 5-4 ਮਿੰਟ ਵਿੱਚ ਪਹੁੰਚਣ ਵਾਲੇ ਆ। ਤੋ ਮੈਂ ਜਿੰਨੇ ਵੀ ਸਾਥੀ ਆ ਸਾਡੇ ਇੱਥੇ ਵੇਟ ਕਰਦੇ, ਸਾਡੀਆਂ ਮੀਡੀਆ ਭੈਣਾਂ ਮਾਤਾਵਾਂ ਸਾਰੇ ਲੰਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ 5-7 ਮਿੰਟ ਦੇ ਵਿੱਚ ਪੰਡਾਲ ਵਿੱਚ ਪਹੁੰਚ ਜਾਓ। ਆਪਣੇ ਮਾਣਯੋਗ ਹਰਮਨ ਪਿਆਰੇ ਨੇਤਾ ਐਡਵੋਕੇਟ ਅਮਰਿੰਦਰ ਕੁਮਾਰ ਜੀ ਇੱਥੇ ਪਹੁੰਚਣ ਵਾਲੇ ਨੇ ਬਹੁਤ ਖੁਸ਼ੀ ਦੀ ਗੱਲ ਆ। ਅੱਜ ਜਿਹੜੀਆਂ ਮੀਟਿੰਗਾਂ ਲੇਟ ਹੋਈਆਂ ਉਹਦਾ ਇੱਕੋ ਇੱਕ ਕਾਰਨ ਆ ਅੱਜ ਵਰਲਡ ਦੇ ਵਿੱਚ ਜਿਹੜਾ ਮਸ਼ਹੂਰ ਡੇਰਾ ਰਾਧਾ ਸਵਾਮੀ ਜੀ ਦੇ ਮੁਖੀ ਬਾਬਾ ਜੀ ਨੇ ਬਲਵਿੰਦਰ ਕੁਮਾਰ ਜੀ ਨੂੰ ਸਵੇਰੇ ਆਪਣੇ ਡੇਰੇ ਤੇ ਬੁਲਾ ਲਿਆ ਸੀ ਔਰ ਲਗਭਗ 2-3 ਘੰਟਿਆਂ 'ਚ ਉਹਨਾਂ ਨੇ ਉੱਥੇ ਲੱਗੇ ਜਿਹੜੇ, ਉਸ ਕਰਕੇ ਮੀਟਿੰਗਾਂ ਲੇਟ ਹੋਈਆਂ। ਬਾਬਾ ਜੀ ਦੇ ਨਾਲ ਬਲਵਿੰਦਰ ਕੁਮਾਰ ਜੀ ਦੀ ਫੋਟੋ ਅੱਜ ਸਾਰੇ ਚੈਨਲਾਂ ਦੇ ਉੱਤੇ ਆ ਗਈ ਆ ਔਰ ਬਾਬਾ ਜੀ ਨੇ ਅਸ਼ੀਰਵਾਦ ਦਿੱਤਾ ਉੱਥੇ ਬੁਲਾ ਕੇ ਆਪਣੇ ਡੇਰੇ ਤੇ ਰਾਧਾ ਸਵਾਮੀ ਸਤਸੰਗ ਦੇ ਅਭਿਆਸ ਉਹਨਾਂ ਦੇ ਕਰਕੇ ਅੱਜ ਜਿਹੜੀਆਂ ਮੀਟਿੰਗਾਂ ਸਾਡੀਆਂ 3 ਘੰਟੇ ਜਿਹੜੀਆਂ ਲੇਟ ਹੋਈਆਂ। ਤੁਹਾਨੂੰ ਸਾਰਿਆਂ ਤੋਂ ਖਿਮਾ ਮੰਗਦੇ ਹਾਂ, ਬਾਬਾ ਜੀ ਨੇ ਵੀ ਅਸ਼ੀਰਵਾਦ ਦਿੱਤਾ ਇੱਥੇ ਆਪਣੇ ਡੇਰੇ ਤੇ ਬੁਲਾ ਕੇ ਬਲਵਿੰਦਰ ਕੁਮਾਰ ਜੀ ਤੁਹਾਡੀ ਜਿਹੜੀ ਵਾਹਿਗੁਰੂ ਚੜ੍ਹਦੀ ਕਲਾ ਕਰੇ ਤੁਹਾਨੂੰ ਸਾਰਿਆਂ ਨੂੰ ਖੁਸ਼ੀ ਬਖਸ਼ੇ, ਨਾਲ ਗਰੀਬ ਸਾਹਿਬ ਸੀਗੇ ਆਪਣੇ MLA ਸਾਹਿਬ ਸਤਪਾਲ ਜੀ ਵੀ ਸੀਗੇ, ਇਸ ਕਰਕੇ ਚਲੋ ਮਹਾਂਪੁਰਸ਼ਾਂ ਦੇ ਜਿਹੜੇ ਦਰਸ਼ਨ ਹੈ ਉਹ ਵੀ ਨਾਲ ਉਹਨਾਂ ਦਾ ਆਸ਼ੀਰਵਾਦ ਵੀ ਲੈਣਾ ਬਹੁਤ ਜ਼ਰੂਰੀ ਆ, ਇਸ ਕਰਕੇ ਲੇਟ ਪਹੁੰਚੇ ਆ। ਤੋ ਹੁਣ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ 3 ਮਿੰਟਾਂ ਦੇ ਅੰਦਰ ਅੰਦਰ ਬਲਵਿੰਦਰ ਕੁਮਾਰ ਜੀ ਨੇ ਇੱਥੇ ਪਹੁੰਚ ਜਾਣਾ, ਉਹਨਾਂ ਦੇ ਆਪਾਂ ਵਿਚਾਰ ਸੁਣਨੇ ਆ। ਤੋ ਮੈਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਵਾਂ ਕਿ ਮਾਨਯੋਗ ਅਮਰਿੰਦਰ ਕੁਮਾਰ ਜੀ ਉਹ ਕੈਂਡੀਡੇਟ ਨੇ ਜਿਹਨਾਂ ਨੇ 2014 ਦੇ ਵਿੱਚ ਪਾਰਟੀ ਜੁਆਇਨ ਕੀਤੀ ਔਰ 2014 ਦੇ ਵਿੱਚ ਪਾਰਟੀ ਜੁਆਇਨ ਕਰਕੇ ਪਾਰਟੀ ਨੇ ਉਹਨਾਂ ਨੂੰ ਮੀਡੀਆ ਇਮਤਿਹਾਨ ਚਲਾਇਆ ਕਿਉਂਕਿ ਉਹ ਪ੍ਰੈਸ ਸਕੱਤਰ ਸੀਗੇ ਔਰ ਪੱਤਰਕਾਰ ਸੀ ਬਹੁਤ ਵੱਡੀਆਂ ਵੱਡੀਆਂ ਅਖਬਾਰਾਂ ਦੇ ਔਰ ਉਹਨਾਂ ਨੂੰ ਜਦੋਂ ਮੀਡੀਆ ਇਮਤਿਹਾਨ ਚਲਾ ਕੇ ਜਦੋਂ ਘਰ ਪਹੁੰਚੇ ਉਹਨਾਂ ਨੂੰ ਨੌਕਰੀ ਦਾ ਲੈਟਰ ਵੀ ਜਿਹੜਾ ਘਰ ਉਹਨਾਂ ਦੇ ਆ ਗਿਆ ਸਰਕਾਰੀ ਨੌਕਰੀ ਦਾ ਪਲੱਸ 2 ਅਫਸਰ ਦੀ ਨੌਕਰੀ ਦਾ। ਤਾਂ ਜਦੋਂ ਘਰ ਲੈਟਰ ਆ ਗਿਆ ਨੌਕਰੀ ਦਾ ਤਾਂ ਘਰਦਿਆਂ ਨੇ ਕਿਹਾ ਵੀ ਅਮਰਿੰਦਰ ਕੁਮਾਰ ਜੀ ਤੁਹਾਨੂੰ ਵਧਾਈਆਂ, ਤੁਸੀਂ ਜਿਹੜਾ ਨੌਕਰੀ ਲੱਗਣ ਜਾ ਰਹੇ ਹੋ ਸਰਕਾਰੀ। ਤੋ ਅਮਰਿੰਦਰ ਕੁਮਾਰ ਨੇ ਆਪਣੇ ਘਰਦਿਆਂ ਨੂੰ ਕਿਹਾ ਵੀ ਨਹੀਂ, ਮੈਂ ਅੱਜ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਮੀਡੀਆ ਇਮਤਿਹਾਨ ਲੱਗ ਕੇ ਆਇਆ, ਮੈਂ ਅੱਜ ਬਹੁਜਨ ਸਮਾਜ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਅੱਗੇ ਆਵਾਂਗਾ, ਮੈਂ ਆਪਣੀ ਨੌਕਰੀ ਨਹੀਂ ਕਰਾਂਗਾ। ਉਹ ਨੌਕਰੀ ਉਹਨਾਂ ਨੇ ਤਿਆਗ ਦਿੱਤੀ, ਨੌਕਰੀ ਨੂੰ ਪਹਿਲ ਨਹੀਂ ਦਿੱਤੀ ਜਿਹੜੀ ਨੌਕਰੀ ਤੋਂ ਅੱਜ ਉਹਨਾਂ ਨੂੰ 2 ਲੱਖ ਤਨਖਾਹ ਮਿਲਣੀ ਸੀ, ਪਰ ਉਹਨਾਂ ਨੇ ਕਿਹਾ ਮੈਂ ਨੌਕਰੀ ਨਹੀਂ ਕਰਾਂਗਾ। ਕੋਈ ਨੌਕਰੀ ਸਾਰੇ ਲੋਕਾਂ ਨੂੰ ਛੱਡਣੀ ਨਹੀਂ ਚਾਹੀਦੀ, ਪਰ ਉਹਨੇ ਇਸ ਕਰਕੇ ਛੱਡੀ ਵੀ ਮੈਂ ਅੱਜ ਬਹੁਜਨ ਸਮਾਜ ਪਾਰਟੀ ਦਾ ਮੀਡੀਆ ਇਮਤਿਹਾਨ ਲੱਗ ਕੇ ਆਇਆ, ਜਿਹੜੀ ਪਾਰਟੀ ਦੇ ਮਹਾਂਪੁਰਸ਼ਾਂ ਨੇ ਇਸ ਦੇਸ਼ ਦੇ ਅੰਦਰ ਲਹਿਰ ਚਲਾਈ ਹੈ ਸਮਤਾ ਸਮਾਨਤਾ ਭਾਈਚਾਰੇ ਦੀ, ਸਾਰੇ ਲੋਕਾਂ ਨੂੰ ਖੁਸ਼ ਰੱਖਣ ਦੀ, ਜਿਹਦੇ ਵਿੱਚ ਆਪਣੇ ਭਗਵਾਨ ਵਾਲਮੀਕ ਜੀ ਤੋਂ ਲੈ ਕੇ ਸਾਰੇ ਮਹਾਂਪੁਰਸ਼ ਇਸ ਦੇਸ਼ ਦੇ ਅੰਦਰ ਇੱਕੋ ਹੀ ਗੱਲ ਕਹਿੰਦੇ ਹਨ, ਸਾਂਝੀ ਵਾਰਤਾ ਹੋਣੀ ਚਾਹੀਦੀ ਆ, ਸਾਰੇ ਲੋਕਾਂ ਨੂੰ ਦੇਸ਼ ਵਿੱਚ ਮਾਨ ਸਨਮਾਨ ਮਿਲਣਾ ਚਾਹੀਦਾ। ਉਸ ਮੈਂ ਪਾਰਟੀ ਦਾ ਮੈਂਬਰ ਬਣ ਕੇ ਆਇਆ ਤੇ ਅੱਜ ਮੈਂ ਨੌਕਰੀ ਨਹੀਂ ਕਰਾਂਗਾ, ਮੈਂ ਉਸ ਪਾਰਟੀ ਦੀ ਸੇਵਾ ਕਰਾਂਗਾ, ਉਸ ਸਮਾਜ ਦੀ ਸੇਵਾ ਕਰਾਂਗਾ ਕਿ ਉਹ ਬਲਵਿੰਦਰ ਕੁਮਾਰ ਜੀ ਆ। ਤੇ ਤਾਂ ਅੱਜ ਦਾ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਕਿੰਨੇ ਲਾਗੀ ਲੋਕ ਆ, ਜਿਹੜੇ 4-4 ਵਾਰੇ MP ਰਹੇ ਆ,
ਕਾਂਗਰਸ ਦੇ ਵਿਚ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਆ ਤੈਨੂੰ ਦੋ ਵਾਰੀ ਐਮ ਐਲ ਏ ਰਿਹਾ ਅਕਾਲੀ ਦਲ ਚ ਉਹ ਪਾਰਟੀ ਛੱਡ ਕੇ ਝਾੜੂ ਚੱਕ ਲਿਆ ਜਿਹੜਾ ਅਕਾਲੀ ਦਲ ਦਾ ਬਣਿਆ ਉਹ ਕਾਂਗਰਸ ਦਾ ਸਾਰੀ ਉਮਰ ਹੀ ਮੈਂਬਰ ਰਿਹਾ ਉਹਨਾਂ ਦੇ ਬਜ਼ੁਰਗ ਮੈਂਬਰ ਹੈ ਉਹਨੇ ਜਾ ਕੇ ਅਕਾਲੀ ਦਲ ਦੀ ਚੱਕ ਲੈਣ ਬਾਈ ਕੋਈ ਯਕੀਨ ਹੈ ਨੀ ਨਾ ਲੋਕਾਂ ਦਾ ਇੱਥੇ ਦਲ ਵੱਲੋਂ ਲੋਕ ਆ ਔਰ ਜਿਹਨਾਂ ਨੂੰ ਅੱਜ ਵੀ ਅਸੀਂ ਮੂੰਹ ਲਾਵਾਂਗੇ ਤਾਂ ਸਾਡੀ ਹਿੰਦੂ ਗੱਡੀ ਬੰਦ ਪਾਰਟੀ ਹੋਰ ਕੋਈ ਗੱਲ ਨਹੀਂ ਔਰ ਵਰਿੰਦਰ ਕੁਮਾਰੀ ਆ ਜਦ ਕੋਈ ਸਾਡੀਆਂ ਪਾਰਟੀਆਂ ਨਹੀਂ ਸਾਡੀ ਟਿਕਟ ਤੇ ਇਲੈਕਸ਼ਨ ਲਾ ਲਓ ਆਮ ਆਦਮੀ ਪਾਰਟੀ ਨੇ ਜ਼ੋਰ ਲਾਇਆ ਤੇ ਬਲਵਿੰਦਰ ਕੁਮਾਰ ਜੀ ਸਾਡੇ ਵੱਲੋਂ ਲਾ ਲਓ ਇਲੈਕਸ਼ਨ ਤੁਹਾਡਾ ਪੈਸਾ ਨੀ ਲੱਗਣ ਦਿੰਦੇ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾ ਲਿਆਂਗੇ ਔਰ ਬਲਵਿੰਦਰ ਕੁਮਾਰ ਨੇ ਕਿੱਥੇ ਗੱਲ ਦਾ ਜਵਾਬ ਦਿੱਤਾ ਵੀ ਜਿਹਨਾਂ ਦੀ ਖਾਤਰ ਮੈਂ ਨੌਕਰੀ ਛੱਡੀ ਅੱਜ ਮੈਂ ਉਸ ਸਮਾਜ ਵਿੱਚ ਨਹੀਂ ਆਵਾਂਗਾ ਕਿ ਮੈਨੂੰ ਮੈਂਬਰ ਪਾਰਲੀਮੈਂਟ ਨਹੀਂ ਚਾਹੀਦਾ ਮੈਂ ਉਸ ਸਮਾਜ ਦੀ ਬਾਂਹ ਫੜੀ ਆ ਜਿੱਦਣ ਮੇਰਾ ਸਮਾਜ ਜਾਗ ਗਿਆ ਮੇਰਾ ਸਮਾਜ ਮੈਨੂੰ ਐਸ ਪੀ ਬਣਾਏਗਾ ਉਦੋਂ ਮੈਂ ਐਸ ਪੀ ਬਣ ਕੇ ਤੁਹਾਡੇ ਵਿੱਚ ਆਵਾਂਗਾ ਇਸ ਕਰਕੇ ਮੈਨੂੰ ਤੁਹਾਡੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਤੁਸੀਂ ਮੈਂ ਤੁਹਾਡੇ ਨੂੰ ਐਸ ਪੀ ਨਹੀਂ ਬਣਨਾ ਚਾਹੁੰਦਾ ਏਦਾਂ ਦੇ ਇਮਾਨਦਾਰ ਜਿਹੜੇ ਆ ਨੌਜਵਾਨ ਆਗੂ ਆ ਪੜ੍ਹਿਆ ਲਿਖਿਆ ਇਦੋਂ ਪੜ੍ਹਿਆ ਲਿਖਿਆ ਵੱਧ ਕੋਈ ਕੈਂਡੀਡੇਟ ਵੀ ਹੈਗਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਨੌਜਵਾਨ ਐਡਵੋਕੇਟ ਸਾਥੀ ਆ ਔਰ ਸਾਰੇ ਸਮਾਜ ਦੇ ਦੁੱਖਾਂ ਦਰਦਾਂ ਨੂੰ ਜਾਣਦਾ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਹਾਂ ਵੀ ਆਪਾਂ ਅੱਜ ਮਹਾਨ ਗੁਰੂਆਂ ਦੀ ਸੋਚ ਦਾ ਰਾਜ ਪੈਦਾ ਕਰਨਾ ਜਿਹੜੇ ਚਾਹੁੰਦੇ ਸੀ ਇਸ ਦੇਸ਼ ਵਿੱਚ ਭਾਈਚਾਰਾ ਹੋਵੇ ਇਕੁਐਲਿਟੀ ਹੋਵੇ ਬਰਾਬਰਤਾ ਹੋਵੇ ਸਾਰਿਆਂ ਦੇ ਬੱਚਿਆਂ ਨੂੰ ਵਧੀਆ ਰਹਿਣ ਸਹਿਣ ਮਿਲੇ ਸਾਰਿਆਂ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਸਾਰਿਆਂ ਦੇ ਬੱਚੇ ਪੜ੍ਹੇ ਲਿਖੇ ਹੋਣ ਆਪਾਂ ਉਸ ਮਿਸ਼ਨ ਦੇ ਸਾਥੀ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬਜ਼ੁਰਗਾਂ ਦੀ ਸਿਹਤ ਠੀਕ ਹੋਵੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ ਤੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੇ ਵਧੀਆ ਰੁਜ਼ਗਾਰ ਮਿਲੇ ਤਾਂ ਆਪਾਂ ਇਹ ਸਾਰਿਆਂ ਨੇ ਇਹ ਤਹੀਆ ਕਰਨਾ ਹੋਏਗਾ ਵੀ ਆਪਾਂ ਉਹਦਾ ਨਾਲ ਸੋਚ ਰੱਖਣ ਵਾਲਾ ਵਿਅਕਤੀ ਉੱਥੇ ਜੁੜ ਕੇ ਭੇਜੀਏ ਜਿਹੜਾ ਸਾਡੀਆਂ ਦੁੱਖਾਂ ਦਰਦਾਂ ਦੀ ਗੱਲ ਨੂੰ ਸਮਝਦਾ ਹੋਵੇ ਔਰ ਇਹ ਗੱਲ ਪਾਰਲੀਮੈਂਟ ਵਿੱਚ ਰੱਖਣ ਦਾ ਐਲਾਨ ਹੋਵੇ ਇਸ ਕਰਕੇ ਪਾਰਟੀ ਨੇ ਬਹੁਜਨ ਸਮਾਜ ਪਾਰਟੀ ਨੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਬਲਵਿੰਦਰ ਹੋਈ ਪਈ ਆ ਸਾਰੇ ਜਲੰਧਰ ਤੋਂ ਚੱਲ ਕੇ ਸਾਡੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੀ ਲਹਿਰ ਚੱਲਦੀ ਆ ਤੇਰਾਂ ਦੀ ਸੀਟਾਂ ਤੇ ਬਹੁਜਨ ਸਮਾਜ ਪਾਰਟੀ ਇਕੱਲਿਆਂ ਇਲੈਕਸ਼ਨ ਲੜਦੀ ਆ ਚਾਰ ਸਾਥੀ ਵਾਲਮੀਕ ਭਾਈਚਾਰੇ ਤੋਂ ਲੜਦੇ ਆ ਦੋ ਸਾਥੀ ਬੈਕਵਰਡ ਭਾਈਚਾਰੇ ਚੋਂ ਲੜਦੇ ਆ ਇੱਕ ਸਾਥੀ ਕਿਸਾਨ ਭਾਈਚਾਰੇ ਚੋਂ ਲੜਦਾ ਇੱਕ ਸਾਥੀ ਬ੍ਰਾਹਮਣ ਸਮਾਜ ਦੇ ਵਿੱਚ ਇਲੈਕਸ਼ਨ ਲੜਦਾ ਇਸ ਕਰਕੇ ਬਹੁਜਨ ਸਮਾਜ ਬਣਾ ਕੇ ਪੂਰੇ ਦੇ ਪੂਰੇ ਪੰਜਾਬ ਵਿੱਚ 13 ਸਾਥੀਆਂ ਨੂੰ ਟਿਕਟਾਂ ਦੇ ਕੇ ਐਲਾਨ ਦੇ ਵਿੱਚ ਲਾ ਕੇ ਖੜੇ ਕੀਤਾ ਆ ਉਹ ਸਾਰੇ ਮਿਸ਼ਨ ਦੀ ਗੱਲ ਕਰਦੇ ਆ ਆਪਣੇ ਸਮਾਜ ਦੀ ਗੱਲ ਕਰਦੇ ਆ ਦੇਸ਼ ਦੀ ਤਰੱਕੀ ਦੀ ਪੰਜਾਬ ਦੀ ਤਰੱਕੀ ਦੀ ਵੀ ਗੱਲ ਕਰਦੇ ਹੋਏ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਏ ਹਾਂ ਠੀਕ ਆ ਲੇਟ ਹੋ ਗਏ ਆ ਚੱਲਦੇ ਆ ਪ੍ਰੋਗਰਾਮਾਂ ਵਿੱਚ ਲੇਟ ਹੋ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਵੀ ਅੱਜ ਬਾਬਾ ਜੀ ਨੇ ਬੁਲਾਇਆ ਕਰਕੇ ਉੱਥੇ 3 ਘੰਟੇ ਉੱਥੇ ਉਹਨਾਂ ਦੇ ਲੱਗੇ ਇਸ ਕਰਕੇ ਉਹਨਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਵੀ ਜ਼ਰੂਰੀ ਸਮਝਿਆ ਔਰ ਬਾਬਾ ਜੀ ਦੇ ਆਸ਼ੀਰਵਾਦ ਦੇ ਕੇ ਤੁਰਿਆ ਵੀ ਚਲੋ ਜਦੋਂ ਮੈਦਾਨ ਵਿੱਚ ਫਤਿਹ ਹੋਏਗੀ ਤਾਂ ਤੁਹਾਡਾ ਵੀ ਸਾਰੇ ਸਹਿਯੋਗ ਚਾਹੀਦਾ ਕਿ ਬਾਬਾ ਜੀ ਨੇ ਆਪਾਂ ਨੂੰ ਫਤਿਹ ਕਰਨ ਦੀ ਆਸ਼ੀਰਵਾਦ ਦੇ ਦਿੱਤਾ ਤਾਂ ਤੁਸੀਂ ਲੋਕਾਂ ਨੇ ਆਸ਼ੀਰਵਾਦ ਦੇਣਾ ਬਲਵਿੰਦਰ ਕੁਮਾਰ ਜੀ ਨੂੰ ਇੱਕ ਬੋਰਡ ਜਿਹੜੀ ਆ ਹਾਥੀ ਵਾਲਾ ਬਟਨ ਦਵਾ ਕੇ ਪਾਉਣੀ ਆ ਔਰ ਇਸ ਨੌਜਵਾਨ ਨੂੰ ਆਪਾਂ ਮੈਂਬਰ ਪਾਰਲੀਮੈਂਟ ਬਣਾ ਕੇ ਪਾਰਲੀਮੈਂਟ ਵਿੱਚ ਭੇਜਣਾ ਉੱਥੇ ਜਾ ਕੇ ਆਪਣੇ ਦੁੱਖਾਂ ਤਕਲੀਫਾਂ ਦਾ ਹੱਲ ਕਰੇਗਾ ਉੱਥੇ ਜਾ ਕੇ ਆਪਣੀ ਗੱਲ ਰੱਖੇਗਾ ਆਪਣੇ ਸਮਾਜ ਦੀਆਂ ਜਿੰਨੀਆਂ ਲੋੜਾਂ ਆ ਆਪਣੇ ਸਮਾਜ ਦੇ ਜਿੰਨੇ ਹੱਕ ਆ ਉਹਨਾਂ ਪ੍ਰਤੀ ਉਹ ਵਫ਼ਾਦਾਰ ਹੋਗਾ ਉਹਨਾਂ ਪ੍ਰਤੀ ਲੜਾਈ ਲੜੇਗਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਏ ਹਾਂ ਵੀ ਆਪਾਂ 1 ਤਰੀਕ ਨੂੰ ਜਿੱਥੇ ਆਪਾਂ ਇੱਕ ਬੋਰਡ ਹਾਥੀ ਦੇ ਨਿਸ਼ਾਨ ਤੇ ਪਾਉਣੀ ਆ ਉੱਥੇ ਆਪਾਂ ਸਾਰੇ ਅੱਜ ਤਹੀਆ ਕਰੀਏ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ ਫੋਨ ਰਾਹੀਂ ਮਿਲ ਕੇ ਅਪੀਲ ਕਰੀਏ ਐਮ ਪੀ ਇੱਕੋ ਇੱਕ ਵਧੀਆ ਜੋ ਉਮੀਦਵਾਰ ਹੈਗਾ ਉਹ ਸਾਥੀ ਬਲਵਿੰਦਰ ਕੁਮਾਰ ਆ ਆਪਾਂ ਸਾਰਿਆਂ ਨੇ ਉਹਦਾ ਚੋਣ ਨਿਸ਼ਾਨ ਹਾਥੀ ਆ ਆਪਣਾ ਇੱਕ ਕੀਮਤੀ ਜਿਹੜਾ ਵੋਟ ਪਾ ਕੇ ਆ ਬਲਵਿੰਦਰ ਕੁਮਾਰ ਜੀ ਉੱਥੇ ਜਵਾ ਕੇ ਭੇਜਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਥੀ ਦੇਵਰਾਜ ਸੁਮਨ ਜੀ ਪ੍ਰਧਾਨ ਵਿਧਾਨ ਸਭਾ ਹਰਪਾਲ ਕੁਦਰ ਬਹੁਜਨ ਸਮਾਜ ਪਾਰਟੀ ਹੁਣ ਮੈਂ ਬੇਨਤੀ ਕਰਾਂਗਾ ਕਸ਼ਮੀਰੀ ਲਾਲ ਜੀ ਸਰਪੰਚ ਸੰਘਿਆ ਜੀ ਕੀ
ਆਉਣ ਔਰ ਆਏ ਹੋਏ ਸਾਥੀਆਂ ਨੂੰ ਸੰਬੋਧਨ ਕਰਨ।